ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸ਼ੋਮਣੀ ਪੰਥ ਅਕਾਲੀ ਬੁੱਢਾ ਦਲ ਜੋ ਸਮੂਹ ਕਿਸਾਨ ਜਥੇਬੰਦੀਆਂ ਜਾਂ ਨੌਜਵਾਨ ਵੀਰ ਜਾਂ ਜਿੰਨੇ ਵੀ ਸਾਡੇ ਕੋਈ ਹਰਿਆਣਾ ਜਾਂ ਪੰਜਾਬ ਤੋਂ ਆਈਆਂ ਨੇ ਅਸੀਂ ਭਾਈ ਸਭ ਨੂੰ ਇੱਕ ਬੇਨਤੀ ਕਰਦੇ ਆਂ ਵੀ ਜੋ ਇਹ ਸਮਾ ਹੁਣ ਸਾਡੇ ਤੋਂ 26 ਤਰੀਕ ਤੱਕ ਹੁਣ ਤੱਕ ਜੋ ਚੱਲਿਆ ਅਸੀਂ ਪੂਰੇ ਤਿਆਰਪੜ ਤਿਆਰ ਹੋ ਕੇ ਜੋ ਆਉਣ ਵਾਲਾ ਸਮਾ ਵੀ ਹੈ ਉਹ ਵੀ ਤਿਆਰ ਪਰ ਤਿਆਰ ਉਪਹੋਕੇ ਉਹ ਪਰਮੇਸ਼ਰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਸਮਾਂ ਆਉਂਦਾ ਜਾਂਦਾ ਰਹਿੰਦਾ ਹੈ ਪਰ ਇੱਕੋ ਹੀ ਮੁੱਦੇ ਦੀ ਗੱਲ ਐ ਇੱਥੇ ਕਿਸਾਨ ਦੀ ਇੱਕ ਅਨ ਦੇਵਤੇ ਦੀ ਗੱਲ ਐ ਇਸ ਕਰਕੇ ਭਾਈ ਭਾਵੇਂ ਉਹ ਸਟੇਜ ਵਾਲਿਆ ਭਾਵੇਂ ਪਿਛਲੀ ਸਟੇਜ ਵਾਲਿਆ ਭਾਵੇਂ ਅੱਗੇ ਵਾਲੀ ਆ ਇਹਨਾਂ ਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਇੱਕ ਮੰਚ ਤੇ ਆਉਣਾ ਚਾਹੀਦਾ ਅਸੀਂ ਸੈਂਟਰ ਦੀ ਸਰਕਾਰ ਨੂੰ ਵੀ ਕਹਿਣਾ ਚਾਹੁੰਦੇ ਆ ਵੀ ਭਾਈ ਜੇ ਤੁਸੀਂ ਲਾਲ ਕਿਲੇ ਦੇ ਵਿੱਚ ਅੰਦਰ ਮੁੰਡੇ ਬੁਲਾ ਕੇ ਮਰਵਾਉਣ ਦਾ ਕੰਮ ਕਰਨਾ ਸੀ ਤਾਂ ਇਹਨਾਂ ਨੂੰ ਪਹਿਲਾਂ ਇੱਕ ਰਾਹ ਦੱਸਣਾ ਸੀ ਹੁਣ ਤੁਸੀਂ ਸਾਰੇ ਕੋਈ ਕਿਸੇ ਤੇ ੱੱਬਾ ਮੜਦਾ ਕੋਈ ਕਿਸੇ ਤੇ ਮੜਦਾ ਕੋਈ ਕਿਸੇ ਤੇ ਮੜਦਾ ਇਹ ਚੀਜ਼ਾਂ ਤੋਂ ਦੂਰ ਹੋ ਕੇ ਇੱਕ ਕਿਸਾਨ ਦੀ ਗੱਲ ਕਰੋ ਇੱਕ ਅੰਨ ਦੇਵਤੇ ਦੀ ਗੱਲ ਕਰੋ ਜੋ ਕੁਝ 2 ਮਹੀਨਿਆਂ ਤੋਂ ਇੱਥੇ ਸੜਕਾਂ ਦੇ ਉੱਤੇ ਕੋਈ ਟਰਾਲੀਆਂ 'ਚ ਕੋਈ ਹੋਟਲਾਂ ਦੇ ਵਿੱਚ ਬੈਠਾ ਕੋਈ ਤੰਬੂਆਂ 'ਚ ਬੈਠਾ ਕਿਸੇ ਕੋਲੇ ਬਿਸਤਰਾ ਹੈਗਾ ਕਿਸੇ ਕੋਲੇ ਨਹੀਂ ਹੈਗਾ ਉਹ ਪਰਮੇਸ਼ਰ ਕਾਲਪੁਰਖ ਜਾਣਦਾ ਇਸ ਕਰਕੇ ਭਾਈ ਅਸੀਂ ਸਾਰੀਆਂ ਜਥੇਬੰਦੀਆਂ ਨੂੰ ਸਮੂਹ ਨੌਜਵਾਨ ਨੂੰ ਵੀ ਤਕੜੇ ਹੋ ਕੇ ਜਿੰਨੇ ਵੀ ਇੱਥੋਂ ਪੰਜਾਬ 'ਚ ਗਏ ਨੇ ਇਸ ਸੰਘਰਸ਼ ਦੇ ਉੱਤੋਂ ਛੱਬੀ ਤੋਂ ਡਰਦੇ ਅਸੀਂ ਮਾਈਆਂ ਨੂੰ ਵੀ ਕਹਿਣਾ ਚਾਹੁੰਦੇ ਆ ਤੇ ਭੈਣਾਂ ਨੂੰ ਵੀ ਚਾਹਣਾ ਚਾਹੁੰਦੇ ਆ ਵੀ ਭਾਈ ਜਿੰਨੇ ਪੰਜਾਬ 'ਚ ਗਏ ਨੇ ਇਹਨਾਂ ਨੂੰ ਜਾਂਦਿਆਂ ਨੂੰ ਚੂੜੀਆਂ ਪਵਾ ਦਿਓ ਜਿਹੜੇ ਹੁਣ ਸੰਘਰਸ਼ ਤੇ ਨਾ ਪਹੁੰਚੇ ਇਹ ਕਿਸਾਨ ਦਾ ਸੰਘਰਸ਼ਾ ਜਿਨੇ ਕੋਈ ਚਾਲ ਚੱਲਣ ਦੀ ਨਹੀਂ ਦੀ ਚੱਲਤੀ ਪਰ ਅੱਜ ਇੱਥੇ ਜੋ ਵੀ ਹੱਕ ਹੋਊਗਾ ਇੱਕ ਅਨੰਦ ਦੇਵਤੇ ਦਾ ਇੱਕ ਹੋਣਾ ਹੋਰ ਕਿਸੇ ਪਾਰਟੀ ਦਾ ਨਹੀਂ ਕਿਸੇ ਲੀਡਰ ਦਾ ਨਹੀਂ ਜਾਂ ਕਿਸੇ ਜੋ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਉਹ ਕੋਈ ਵੀ ਇਨਸਾਨ ਹੈ ਕਿਸੇ ਵੀ ਵਰਗ ਚੋਂ ਆ ਉਹ ਇਸ ਚੀਜ਼ਾਂ ਤੋਂ ਪਿੱਛੇ हट ਜਾਣਾ ਸਿਰਫ ਇੱਕ ਅਨੰਦ ਦੇਵਤੇ ਦੀ ਗੱਲ ਹੋਣੀ ਆ ਮੌਕੇ ਦੀ ਸਰਕਾਰ ਮੋਦੀ ਨੂੰ ਵੀ ਅਸੀਂ ਕਹਿਣਾ ਚਾਹੁੰਦੇ ਆ ਜੇ ਅਸੀਂ ਸਤਗੁਰਾਂ ਦੀ અપਾਰ ਕਿਰਪਾ ਦੇ ਨਾਲ 400 ਮੁੰਡਾ ਲਾਲ ਕਿਲੇ ਚੋਂ ਕੱਢ ਸਕਦੇ ਆ ਨਾ ਭਾਵੇਂ ਉਹ ਤੇਰਾ ਚਿੱਟਾ ਕਿਲਾ ਭਾਵੇਂ ਤੇਰਾ ਲਾਲ ਕਿਲਾ ਸਾਨੂੰ ਉਹਦੇ ਤੱਕ ਕੋਈ ਮਤਲਬ ਨਹੀਂ ਜੇ ਕਿਸੇ ਕਿਸਾਨ ਤੇ ਕੋਈ ਵੀ ਗੱਲ ਇਹ ਮੌਕੇ ਦੀ ਮਿਲਟਰੀ ਜੇ ਪੁਲਿਸ ਕਰਦੀ ਆ ਤਾਂ ਫਿਰ ਤੁਸੀਂ ਇਹ ਵੇਖ ਲਿਓ ਵੀ ਹਾਲਾਤ ਉਹਦੇ ਜੋ ਵੀ ਹੋਣਗੇ ਉਹ ਮੌਕੇ ਦੀ ਸਰਕਾਰ ਜ਼ਿੰਮੇਵਾਰ ਹੋਗੀ ਪਰ ਅਸੀਂ ਨੌਜਵਾਨ ਵੀਰਾਂ ਨੂੰ ਇਹ ਗੱਲ ਕਹਿਣਾ ਚਾਹੁੰਦੇ ਆ ਸਿਰਫ ਇੱਕੋ ਹੀ ਇੱਕ ਗੱਲ ਤੇ ਮੁੱਦਾ ਰੱਖਣਾ ਸੀ ਨੇ ਕਿਸੇ ਐਕਟਰ ਦਾ ਨਹੀਂ ਕਿਸੇ ਕਿਸਾਨ ਦਾ ਨਹੀਂ ਸਿਰਫ ਇੱਕ ਅੰਨ ਦੇਵਤਾ ਤੇ ਇੱਕ ਅਸੀਂ ਜ਼ਮੀਨ ਕਰਕੇ ਜੋ ਕਾਲੇ ਕਾਨੂੰਨਾਂ ਤੇ ਅਸੀਂ ਪਹੁੰਚੇ ਆ ਇੱਥੇ ਉਹਦੀ ਗੱਲ ਕਰਨੀ ਆ ਸੀ ਕਿਸੇ ਐਕਟਰ ਪਿੱਛੇ ਨਹੀਂ ਲੱਗਣਾ ਕਿਸੇ ਹੋਰ ਜਗ੍ਹਾ ਪਿੱਛੇ ਨਹੀਂ ਲੱਗਣਾ ਸਿਰਫ ਇੱਕ ਕਿਸਾਨ ਪਿੱਛੇ ਲੱਗਣਾ ਜਿਹੜਾ ਰਾਤਾਂ ਨੂੰ 12 ਵਜੇ ਉੱਠ ਕੇ ਅੰਨ ਪੈਦਾ ਕਰਕੇ ਇਹ ਸਾਰੇ ਮੁਲਕ ਦਾ ਢਿੱਡ ਭਰਦਾ ਉਹਦੇ ਪਿੱਛੇ ਅਸੀਂ ਤਿਆਰ ਪਰ ਤਿਆਰ ਹੋ ਕੇ ਰਹਿਣਾ ਸ਼ਸਤਰ ਵੀ ਰੱਖਣੇ ਆ ਭਰੋਸਾ ਵੀ ਨਹੀਂ ਕਰਨਾ ਕਿ ਉਹ ਸੈਂਟਰ ਦੇ ਵਿੱਚ ਉਹਨ ਪਰਮੇਸ਼ਰ ਕਾਲਪੁਰਖ ਦੀ ਕਿਰਪਾ ਦੇ ਨਾਲ ਇਹ ਕਿਸਾਨ ਵੀਰ ਨੇ ਜਿਹੜੇ ਅਨੰਦ ਦੇਵ ਤੇ ਵੀਰ ਨੇ ਨਾ ਇਹਨਾਂ ਦੀ ਜੁੱਤੀ ਹੈ ਬਹੁਤ ਦੂਰ ਦੀ ਗੱਲ ਹੋ ਚੁੱਕੀ ਹੈ ਇਹ ਸਰਕਾਰ ਕੋਲੇ ਕੋਈ ਮੌਕਾ ਨਹੀਂ ਹੈਗਾ ਹੁਣ ਇਸ ਸੰਘਰਸ਼ ਨੂੰ ਸਿਰਫ ਇੱਕ ਖਰਾਬ ਕਰਨਾ ਜਿਵੇਂ ਹੁਣ ਆ ਪਿੱਛੇ ਆ ਆਰਐਸਐਸ ਵਾਲੇ ਆਉਂਦੇ ਆ ਜਾਂ ਬੀਜੇਪੀ ਵਾਲੇ ਕਮਲ ਦੇ ਫੁੱਲ ਲੈ ਕੇ ਆਉਂਦੇ ਆ ਇਹਨਾਂ ਚੀਜ਼ਾਂ ਤੋਂ ਅਸੀਂ ਬਾਜ਼ ਆਉਣਾ ਇਹਨਾਂ ਦੇ ਨਾਲ ਕੋਈ ਲੜਾਈ ਝਗੜਾ ਨਹੀਂ ਕਰਨਾ ਕੋਈ ਗੱਲ ਨਹੀਂ ਜਿਹਨੂੰ ਜਿਹਦਾ ਦਿਲ ਕਰਦਾ ਹੈ ਕਿਸਾਨ ਹੈ ਇਹ ਕਿਸਾਨ ਜਿੱਥੇ ਬੰਦੀ ਦਾ ਮੋਰਚਾ ਇੱਥੇ ਹਰ ਪਾਰਟੀ ਨੇ ਵੀ ਆਉਣਾ ਹਰ ਵਰਗ ਨੇ ਵੀ ਆਉਣਾ ਤੁਸੀਂ ਕਿਸੇ ਨੂੰ ਕਹਿ ਨਹੀਂ ਸਕਦੇ ਪਰ ਮੇਨ ਮੁੱਦੇ ਤੇ ਰਹਿਣਾ ਸੀ ਤਿਆਰ ਪਰ ਤਿਆਰ ਹੋ ਕੇ ਕੋਈ ਵੀ ਐਦਾਂ ਦਾ ਹਾਲਾਤ ਬਣੂਗਾ ਸਾਰੇ ਇੱਕੋ ਹੋ ਜੀਏ ਆਲੇ ਆ ਸਟੇਜ ਵਾਲਿਆਂ ਨੂੰ ਵੀ ਭਾਈ ਅਸੀਂ ਕਹਿਣਾ ਚਾਹੁੰਦੇ ਆ ਕਿਸੇ ਦੇ ਗਲ ਭਾਂਡਾ ਨਹੀਂ ਭੰਨੀ ਦਾ ਜੋ ਕੁਝ ਹੋਣਾ ਤਾਂ ਹੋ ਚੁੱਕਿਆ ਉਹਨੂੰ ਛੱਡੋ ਅੱਗੇ ਸੋਚੋ ਵੀ ਜਿਹੜੇ ਕਿਸਾਨ ਬੈਠੇ ਇਹਨਾਂ ਦਾ ਕਰਨਾ ਕੀ ਆ ਹੋਣਾ ਨੌਜਵਾਨਾਂ ਨੂੰ ਵੀ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਜਿੰਨੀ ਨੌਜਵਾਨ ਪੀੜੀ ਹੁਣ ਪੰਜਾਬ ਨੂੰ ਵਾਪਸ ਗਈ ਆ ਇਹਨਾਂ ਸਾਰਿਆਂ ਦਾ ਕਿਸਾਨ ਜਥੇ ਬੰਦੀਆਂ ਜਿਹੜੀਆਂ ਅੱਗੇ ਲੱਗੀਆਂ ਹੋਈਆਂ ਨੇ ਇਹਨਾਂ ਦਾ ਅਸੀਂ ਸਾਥ ਦੇ ਕੇ ਇਹਨਾਂ ਨੂੰ ਮੂਹਰੇ ਕਰਕੇ ਇਹਨਾਂ ਦਾ ਦਿਲੋਂ ਸਾਥ ਦੇ ਕੇ ਜੋ ਕਾਲੇ ਕਾਨੂੰਨ ਨੇ ਇਹਨਾਂ ਤੇ ਦੱਬ ਕੇ ਪੈਰਾ ਦਈਏ ਉਹ ਭਾਵੇਂ ਸਾਡੀਆਂ ਮਾਤਾ ਨੇ ਭਾਵੇਂ ਸਾਡੇ ਨੌਜਵਾਨ ਵੀਰ ਨੇ ਭਾਵੇਂ ਸਾਡੇ ਬਜ਼ੁਰਗ ਨੇ ਉਹ ਸਾਰੇ ਪਹੁੰਚਣ ਇੱਥੋਂ ਐਦੂ ਜ਼ਰੂਰੀ ਕੋਈ ਲੋਸਮੈਂਟ ਨਹੀਂ ਹੈਗੀ ਜਥੇਦਾਰ ਜੀ ਛੋਡੇ ਕੋਲੀ ਆ ਸਵੇਰ ਦਾ ਮੈਕ 5 ਮਿੰਟ ਜਦੋਂ ਸਟੇਜ ਤੇ ਆਉਨੇ ਆ ਨਾ ਕੋਈਆਂ ਰੁਕ ਜੋ ਠੀਕ ਹੈ ਨਾ ਕਹਿਣ ਦਾ ਭਾਵ ਹੈ ਐਨੀ ਅਸੀਂ ਬੇਨਤੀਆਂ ਕਰਨਾ ਚਾਹੁੰਦੇ ਆ ਵੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਧਿਆਨ ਦੇ ਨਾਲ ਲਾਉਂਸਮੈਂਟ ਸੁਣਿਓ ਜਰੂਰ ਮੈਂ ਮਾਫੀ ਚਾਹੁੰਨਾ ਵੀਰ ਜੀ ਕੋਲ ਕੁਝ ਮਾੜੇ ਅਨਸਰ ਮਗਰੋਂ ਭੱਜ ਕੇ ਆ ਰਿਹਾ ਵੀ ਅੱਗੇ ਲੜਾਈ ਹੋ ਰਹੀ ਆ ਮੁੰਡਿਆਂ ਨੂੰ ਨਾਲ ਲੈ ਕੇ ਅੱਗੇ ਬਾਰਡਰ ਕ੍ਰੋਸ ਕਰ ਰਹੇ ਆ ਸੋ ਬੇਨਤੀ ਹੱਥ ਜੋੜ ਕੇ ਭਾਈ ਰਾਤ ਵੀ ਮੁੰਡੇ ਗਏ